ਆਪਣੇ ਨਾ ਇਸ ਟਾਈਮ ਤੇ ਇੰਸਟਾਗ੍ਰਾਮ ਤੇ 1,42,000 ਫੋਲੋਅਰ ਆ 1,42,000 ਬਹੁਤ ਹੁੰਦੇ ਨੇ ਕਾਫੀ ਹੁੰਦੇ ਨੇ ਤੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਉੱਥੇ ਫੋਲੋ ਕੀਤਾ ਹੋਇਆ ਤੇ ਜਿਨ੍ਹਾਂ ਨੇ ਇੱਥੇ ਵੀ ਸਬਸਕ੍ਰਾਈਬ ਕੀਤਾ ਹੋਇਆ ਥੈਂਕ ਯੂ ਸੋ ਮੱਚ ਦਿਲੋਂ ਧੰਨਵਾਦ ਨਾਲ ਜੁੜਨ ਵਾਸਤੇ ਨਾਲ ਇਸ ਸਫ਼ਰ ਤੇ ਚੱਲਣ ਵਾਸਤੇ ਤਾਂ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਵੀ ਆਪਣਾ ਇੰਸਟਾਗ੍ਰਾਮ ਅਕਾਊਂਟ ਕਿਹੜਾ ਤਾਂ ਆਪਣਾ ਤੁਸੀਂ ਜਾ ਕੇ ਸਰਚ ਕਰ ਸਕਦੇ ਇੰਸਟਾਗ੍ਰਾਮ ਤੇ ਗਰੇਵਾਲ ਫਾਰਮ 2020 ਗਰੇਵਾਲ ਫਾਰਮ 2020 ਦੇ ਨਾਮ ਤੋਂ ਤੇ ਤੁਹਾਨੂੰ ਉੱਥੇ ਮਿਲ ਜੂਗਾ ਉੱਥੇ ਮੈਂ ਸਟੋਰੀਜ਼ ਵਗੈਰਾ ਹੋਰ ਮਤਲਬ ਉੱਥੇ ਜ਼ਿਆਦਾ ਐਕਟਿਵ ਆ ਯੂਟਿਊਬ ਨਾਲ ਯੂਟਿਊਬ 'ਤੇ ਤਾਂ ਇੱਕ ਵੀਡੀਓ ਪਾਉਂਦਾ ਦਿਨ ਦੀ ਤਾਂ ਉੱਥੇ ਇੱਕ ਰੀਲ ਇੱਕ ਫੋਟੋ ਅਤੇ ਦਿਨ ਦੀ ਮੈਨੂੰ ਲੱਗਦਾ 5-10 ਸਟੋਰੀਜ਼ ਵਗੈਰਾ ਤਾਂ ਉੱਥੇ ਥੋੜ੍ਹਾ ਜਿਹਾ ਜ਼ਿਆਦਾ ਐਕਟਿਵ ਇਨਵੋਲਵਮੈਂਟ ਆ ਮੇਰੀ ਤਾਂ ਮੈਂ ਪਿੱਛੇ ਵੀਡੀਓ ਬਣਾਈ ਸੀਗੀ ਵੀ ਮੈਂ ਬਹੁਤ ਟਾਈਮ ਮਤਲਬ ਇੰਸਟਾਗ੍ਰਾਮ ਤੋਂ ਕੋਈ ਕਮਾਈ ਨਹੀਂ ਕੀਤੀ ਸੀ ਠੀਕ ਆ ਕਾਫੀ ਫੋਲੋਅਰਸ ਹੋ ਗਏ ਸੀਗੇ ਆਪਾਂ ਮੈਨੂੰ ਲੱਗਦਾ 1,30,000 ਤੋਂ ਉੱਤੇ ਜਾ ਕੇ ਆਪਾਂ ਪਹਿਲੀ ਕਮਾਈ ਕੀਤੀ ਸੀਗੀ 1,30,000 ਫੋਲੋਅਰ 'ਤੇ ਮੈਂ ਬ੍ਰੈਂਡ ਡੀਲਸ ਨਹੀਂ ਕਰਦਾ ਹੈਗਾ ਪ੍ਰਮੋਸ਼ਨਸ ਨਹੀਂ ਕਰਦਾ ਹੈਗਾ ਇਹ ਚੀਜ਼ਾਂ ਫਿਲਹਾਲ ਨਹੀਂ ਕਰਦਾ ਹੈਗਾ ਅੱਗੇ ਜਾ ਕੇ ਵੀ ਮੈਨੂੰ ਨਹੀਂ ਲੱਗਦਾ ਹੈਗਾ ਵੀ ਮੈਂ ਕਰੂੰਗਾ ਕਿਉਂਕਿ ਨਾ ਮੇਰਾ ਜੀ ਨਹੀਂ ਕਰਦਾ ਹੈਗਾ ਵੀ ਆਪਣਾ ਕੰਟੈਂਟ ਆਪਣੀ ਸੋਚ ਦੇ ਵਿੱਚ ਨਾ ਕਿਸੇ ਦੀ ਐਡ ਵਾੜਨ ਨੂੰ ਵੀ ਧੱਕੇ ਨਾਲ ਰੀਲ ਦੇ ਵਿੱਚ ਕਿਸੇ ਹੋਰ ਦਾ ਨਾਮ ਲੈਣ ਨੂੰ ਹੋਰ ਲੈਣ ਨੂੰ ਮੈਂ ਉੱਥੇ ਰੀਲਸ ਬਣਾਉਂਦਾ ਜੋ ਮੇਰਾ ਜੀ ਕਰਦਾ ਜਿਹੜਾ ਮੈਨੂੰ ਟੋਪਿਕ ਵਧੀਆ ਲੱਗਦਾ ਵੀ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੇਣੀ ਕਿਸੇ ਨੂੰ ਕੋਈ ਮੋਟੀਵੇਟ ਕਰਨਾ ਹੋਰ ਕਰਨਾ ਆਪਣੀ ਜਰਨੀ ਸ਼ੇਅਰ ਕਰਨੀ ਉਹ ਚੀਜ਼ਾਂ ਸ਼ੇਅਰ ਕਰਨੀਆਂ ਮੈਨੂੰ ਵਧੀਆ ਲੱਗਦੀਆਂ ਨੇ ਅਤੇ ਮੇਰਾ ਸ਼ੁਰੂ ਤੋਂ ਐਂ ਸੀਗਾ ਵੀ ਪੈਸਾ ਬਣਾਉਣ ਦਾ ਭਾਵ ਦਾ ਤਰੀਕਾ ਲੱਭਾਂਗੇ ਅਤੇ ਕਿਸੇ ਬ੍ਰੈਂਡ ਦੇ ਸਹਾਰੇ ਕਿਸੇ ਮਤਲਬ ਵੀ ਆ ਪ੍ਰਮੋਸ਼ਨ ਵਗੈਰਾ ਦੇ ਸਹਾਰੇ ਨਹੀਂ ਰਹਿਣਾ ਹੈਗਾ ਠੀਕ ਹੈ ਤਾਂ ਉੱਥੇ ਮੈਂ ਕਮਾਈ ਪਹਿਲਾਂ ਕੀਤੀ ਸੀਗੀ ਕੰਸਲਟੇਸ਼ਨ ਦੇ ਕੇ ਲਾਈਕ ਮੈਂ ਮਤਲਬ ਵੀ ਇੱਕ ਬੰਦੇ ਦਾ ਮੈਸੇਜ ਆਇਆ ਸੀਗਾ ਵੀ ਤੁਸੀਂ ਮੈਨੂੰ ਸਿਖਾ ਦੋਗੇ ਵੀ ਪੇਜ ਕਿਵੇਂ ਗਰੋ ਕਰਨਾ ਹੋਰ ਕਰਨਾ ਤਾਂ ਮੈਂ ਉਹਨੂੰ ਚਾਰਜ ਕੀਤਾ ਸੀਗਾ ਅਤੇ ਮੈਂ ਉਹਨੂੰ ਕੰਸਲਟੇਸ਼ਨ ਦਿੱਤੀ ਸੀਗੀ ਫਿਰ ਮੈਂ ਉਹ ਥੋੜ੍ਹੇ ਦਿਨ ਕੰਮ ਕੀਤਾ 7-8 ਦਿਨ ਉਹ ਕੰਮ ਕੀਤਾ ਅਤੇ ਕੰਸਲਟੇਸ਼ਨਸ ਦਿੱਤੀਆਂ ਦਿਨ ਦੀ ਇੱਕ ਕੰਸਲਟੇਸ਼ਨ ਦਿੰਦਾ ਹੁੰਦਾ ਸੀਗਾ ਹੋਰ ਕਰਦਾ ਹੁੰਦਾ ਸੀਗਾ ਅਤੇ ਉਹਦੇ ਬਦਲੇ ਮੈਂ ਪੈਸੇ ਲੈਂਦਾ ਹੁੰਦਾ ਸੀਗਾ ਤਾਂ ਮੈਂ ਆਏ ਇੰਸਟਾਗ੍ਰਾਮ 'ਤੇ ਕਮਾਈ ਕਰ ਰਿਹਾ ਸੀਗਾ ਵੀ ਲੋਕਾਂ ਨੂੰ ਆਪਣੀ ਨੌਲੇਜ ਦੇ ਕੇ ਸਿਖਾ ਕੇ ਵੀ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਇੰਸਟਾਗ੍ਰਾਮ 'ਤੇ ਲੈ ਕੇ ਆਉਣਾ ਚਾਹੁੰਦੇ ਗਰੋ ਕਰਨਾ ਚਾਹੁੰਦੇ ਤਾਂ ਤੁਸੀਂ ਕਿਵੇਂ ਕਰ ਸਕਦੇ ਹੋ ਕਿਵੇਂ ਕਿਵੇਂ ਕੀ ਸਟ੍ਰੈਟਜੀਜ਼ ਹੁੰਦੀਆਂ ਨੇ ਹੋਰ ਹੁੰਦੀਆਂ ਨੇ ਤਾਂ ਉਹ ਕਰ ਰਿਹਾ ਸੀਗਾ ਬਟ ਉਹ ਜਿਹਨਾਂ ਇਹ ਪ੍ਰੋਬਲਮ ਸੀਗੀ ਵੀ ਮੈਨੂੰ ਨਾ ਆਪਣਾ ਟਾਈਮ ਦੇਣਾ ਪੈ ਰਿਹਾ ਸੀਗਾ ਜਿਹੜਾ ਮੇਰੇ ਕੋਲ ਹੈ ਨੀਗਾ ਠੀਕ ਹੈ ਤਾਂ ਮੇਰੇ ਨਾ ਦਿਨ 'ਚ ਵੈਸੇ ਵੀ ਆਪਣਾ ਹੀ ਮਤਲਬ ਵੀ ਟਾਈਮ ਬਹੁਤ ਔਖਾ ਨਿਕਲਦਾ ਆਪਣੇ ਵਾਸਤੇ ਆਪਣੇ ਕੰਟੈਂਟ ਔਖਾ ਬਣਦਾ ਆਪਦੇ ਕੰਮ ਕਰ ਔਖੇ ਹੁੰਦੇ ਨੇ ਤਾਂ ਵਿੱਚ 1 ਘੰਟਾ ਉਹ ਬੰਦੇ ਨੂੰ ਦੇਣਾ ਉੱਤੋਂ ਮੈਸੇਜਸ ਵਗੈਰਾ ਦੇਖਣੇ ਲੋਕਾਂ ਨਾਲ ਮਤਲਬ ਵੀ ਜਿਹੜੇ ਇੰਨੇ ਮੈਸੇਜਸ ਆਉਂਦੇ ਸੀਗੇ ਵੀ ਸਾਨੂੰ ਵੀ ਕੰਸਲਟ ਕਰ ਦਿਉ ਹੋਰ ਕਰ ਦਿਉ ਉਹਨਾਂ ਨਾਲ ਪਹਿਲਾਂ ਚੈਟ ਕਰਨੀ ਹੋਰ ਕਰਨਾ ਤਾਂ ਕਾਫੀ ਟਾਈਮ ਲੱਗ ਜਾਂਦਾ ਸੀਗਾ ਤਾਂ ਉਹ ਚੀਜ਼ ਥੋੜ੍ਹੀ ਨਾ ਹਾਵੀ ਹੋ ਰਹੀ ਸੀਗੀ ਅਤੇ ਉੱਤੋਂ ਕਈ ਵਾਰ ਲਾਲਚ ਆ ਜਾਂਦਾ ਵੀ ਦਿਨ ਦੀਆਂ 2-3 ਕਾਲ ਕਰ ਲਾਂ ਹੋਰ ਕਰ ਲਾਂ ਵੀ ਜ਼ਿਆਦਾ ਪੈਸੇ ਬਣ ਜਾਣਗੇ ਤਾਂ ਉਹ ਚੀਜ਼ ਮੇਰੇ ਨਾ ਸਿਸਟਮ ਨੂੰ ਖਰਾਬ ਕਰ ਰਹੀ ਸੀ ਥੋੜ੍ਹੀ ਹੈਲਥ 'ਤੇ ਇਫੈਕਟ ਕਰ ਰਹੀ ਸੀ ਸਿਰ ਦੁੱਖਣ ਲੱਗ ਗਿਆ ਸੀਗਾ ਮੇਰਾ ਜ਼ਿਆਦਾ ਕਿਉਂਕਿ 24 ਘੰਟੇ ਫੋਨ 'ਤੇ ਲੱਗਿਆ ਰਹਿੰਦਾ ਸੀਗਾ ਤਾਂ ਉਹ ਚੀਜ਼ ਮੈਂ ਥੋੜ੍ਹੀ ਘੱਟ ਕਰਤੀ ਹੁਣ ਮੈਂ ਕੰਸਲਟੇਸ਼ਨ ਕਾਲਸ ਨਹੀਂ ਲੈਂਦਾ ਹੈਗਾ ਮੈਂ ਕਾਲ 'ਤੇ ਕੰਸਲਟ ਨਹੀਂ ਕਰਦਾ ਹੈਗਾ ਕਿਸੇ ਨੂੰ ਨਹੀਂ ਦਿੰਦਾ ਹੈਗਾ ਕੰਸਲਟੇਸ਼ਨਸ ਤਾਂ ਹੁਣ ਮੈਂ ਕਮਾਈ ਸਟਾਰਟ ਕੀਤੀ ਹੈ ਈ ਬੁੱਕਸ ਵੇਚਣ ਤੋਂ ਠੀਕ ਹੈ ਈ ਬੁੱਕਸ ਦਾ ਕੀ ਮਤਲਬ ਵੀ ਜਿਹੜੀਆਂ ਡਿਜੀਟਲ ਬੁੱਕਸ ਨੇ ਵੀ ਕੋਈ ਹਾਰਡ ਕਾਪੀ ਨਹੀਂ ਹੈਗੀ ਤੁਸੀਂ ਹੱਥ 'ਚ ਫੜ ਕੇ ਨਹੀਂ ਦੇਖ ਸਕਦੇ ਤੁਸੀਂ ਆਪਣੇ ਫੋਨ 'ਤੇ ਪੜ੍ਹ ਸਕਦੇ ਹੋ ਤੁਸੀਂ ਆਪਣੇ ਲੈਪਟਾਪ 'ਤੇ ਪੜ੍ਹ ਸਕਦੇ ਕੰਪਿਊਟਰ 'ਤੇ ਪੜ੍ਹ ਸਕਦੇ ਮਤਲਬ ਵੀ ਇਲੈਕਟ੍ਰੋਨਿਕ ਬੁੱਕਸ ਨੇ ਠੀਕ ਆ ਡਿਜੀਟਲ ਬੁੱਕਸ ਨੇ ਤਾਂ ਹੁਣ ਜਿਵੇਂ ਤੁਹਾਨੂੰ ਪਤਾ ਵੀ ਮੈਨੂੰ ਵਰਕਆਊਟ ਦਾ ਸ਼ੌਂਕ ਆ ਠੀਕ ਆ ਜਿਹੜੇ ਇੰਸਟਾਗ੍ਰਾਮ 'ਤੇ ਫੋਲੋ ਕਰਦੇ ਨੇ ਅਤੇ ਮੈਨੂੰ ਲੱਗਦਾ 2016 ਜਾਂ 2017 ਦਾ ਵਰਕਆਊਟ ਕਰ ਰਿਹਾ 2017 ਜਾਂ 2018 ਦਾ ਛੋਟੇ ਹੁੰਦੇ ਮੈਂ ਬਹੁਤ ਮੋਟਾ ਹੁੰਦਾ ਸੀਗਾ ਠੀਕ ਆ ਅਤੇ ਫਿਰ ਮੈਂ ਬੋਡੀ ਬੋਡੀ ਬਣਾਈ ਹੋਰ ਕੀਤਾ ਮਤਲਬ ਠੀਕ ਬਣਾਈ ਜਿੰਨੀ ਕੁ ਮੈਨੂੰ ਚਾਹੀਦੀ ਸੀਗੀ ਉਨੀ ਕੁ ਮੈਂ ਬਣਾ ਲਈ ਸੀ ਐਪਸ ਵਗੈਰਾ ਹੋਰ ਤਾਂ ਵਰਕਆਊਟ ਦੀ ਨਿਊਟ੍ਰੀਸ਼ਨ ਦੀ ਮਤਲਬ ਵੀ ਕੋਰਸ ਵੀ ਕੀਤਾ ਸੀਗਾ ਤਾਂ ਮੈਨੂੰ ਵਧੀਆ ਲੱਗਦਾ ਵੀ ਵਰਕਆਊਟਸ ਵਗੈਰਾ ਪਲਾਨ ਕਰਨਾ ਹੋਰ ਚੀਜ਼ਾਂ ਕਰਨੀਆਂ ਤਾਂ ਮੈਂ ਹੁਣ ਜਿਹੜੀ ਈ ਬੁੱਕ ਬਣਾਈ ਆ ਉਹ ਬਣਾਏ ਵੀ 30 ਦਿਨਾਂ ਦਾ ਬਿਗਨਰਸ ਵਾਸਤੇ ਜਿਹੜੇ ਬੰਦੇ ਨੇ ਆਪਣਾ ਵੇਟ ਘਟਾਉਣਾ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਵੇਟ ਕਿਵੇਂ ਘਟੂਗਾ ਕੀ ਐਕਸਰਸਾਈਜ਼ ਕਰਨੀ ਆ ਸਟਾਰਟ ਕਰਨਾ ਚਾਹੁੰਦੇ ਨੇ ਪਰ ਕੁਛ ਹੈ ਨਹੀਂ ਗਾ ਕਰਨ ਨੂੰ ਤਾਂ ਮੈਂ ਉਹ ਬੁੱਕ ਲਿਖੀ ਆ ਵੀ ਤੁਹਾਨੂੰ 30 ਦਿਨਾਂ ਦਾ ਵਰਕਆਊਟ ਮੈਂ ਲਿਖ ਕੇ ਦਿੱਤਾ ਵੀ ਜੇ ਤੁਸੀਂ ਬਿਲਕੁਲ ਬਿਗਨਰ ਹੋ ਨਾ ਤੁਸੀਂ ਜ਼ਿੰਦਗੀ 'ਚ ਪਹਿਲਾਂ ਕਦੇ ਕੋਈ ਐਕਸਰਸਾਈਜ਼ ਨਹੀਂ ਕੀਤੀ ਕੁਛ ਨਹੀਂ ਕੀਤਾ ਹੈਗਾ ਅਤੇ ਹੁਣ ਤੁਸੀਂ ਆਪਣੀ ਫਿਟਨੈਸ ਦਾ ਜਰਨੀ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਮਤਲਬ ਵੀ ਵਰਕਆਊਟ ਦੇਖੋ ਆਪਣਾ ਖੋਲ੍ਹੋ ਦੇਖੋ ਉਹਦੇ ਵਿੱਚ ਕੀ ਲਿਖਿਆ ਹੋਇਆ ਅਤੇ ਉਹ ਵਰਕਆਊਟ ਕਰੋ ਠੀਕ ਆ 30 ਦਿਨਾਂ ਦਾ ਬਣਾ ਕੇ ਦਿੱਤਾ ਹੋਇਆ ਅਤੇ ਉਹਦੇ ਮੈਂ ਚਾਰਜਿਸ ਰੱਖੇ ਨੇ 99 ਰੁਪੀਜ਼ ਅਤੇ ਉਹ ਮੈਂ ਇੱਕ ਵੈਬਸਾਈਟ 'ਤੇ ਮਤਲਬ ਵੀ ਪਾਇਆ ਹੋਇਆ ਤਾਂ ਉਹਦਾ ਲਿੰਕ ਮੈਂ ਆਪਣੇ ਉੱਥੇ ਪਾਇਆ ਹੋਇਆ ਇੰਸਟਾਗ੍ਰਾਮ 'ਤੇ ਪਾਇਆ ਹੋਇਆ ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਜਾ ਕੇ ਕਰ ਸਕਦੇ ਹੋ ਇੰਸਟਾਗ੍ਰਾਮ 'ਤੇ ਜਾ ਕੇ ਬਾਇਓ 'ਚ ਲਿੰਕ ਖੋਲ੍ਹ ਕੇ ਤੁਸੀਂ ਉਹ ਵਰਕਆਊਟ ਪਲਾਨ ਬਾਏ ਕਰ ਸਕਦੇ ਹੋ ਤਾਂ ਮੈਂ ਇਹ ਲਿਖ ਕੇ ਪਾਇਆ ਅਤੇ ਲੋਕ ਖਰੀਦ ਰਹੇ ਨੇ ਠੀਕ ਆ 99 ਰੁਪੀਜ਼ ਤਾਂ ਕੁਛ ਨਹੀਂ ਹੁੰਦਾ ਹੈਗਾ ਮੈਂ ਫ੍ਰੀ ਦਾ ਕਿਉਂ ਨਹੀਂ ਦਿੰਦਾ ਹੈਗਾ ਕਿਉਂਕਿ ਪਹਿਲੀ ਗੱਲ ਫ੍ਰੀ ਦੀ ਚੀਜ਼ ਦੀ ਕਦਰ ਨਹੀਂ ਹੁੰਦੀ ਹੈਗੀ ਸਿੰਪਲ ਜੀ ਚੀਜ਼ ਆ ਠੀਕ ਆ ਮੈਂ ਤੁਹਾਨੂੰ 1,00,000 ਐਡਵਾਈਸ ਦੇਣਾ ਫ੍ਰੀ ਦੀ ਕੋਈ ਕਦਰ ਨਹੀਂ ਹੋਊਗੀ ਕੋਈ ਤੁਸੀਂ ਅਪਲਾਈ ਨਹੀਂ ਕਰੋਗੇ ਕੁਛ ਨਹੀਂ ਕਰੋਗੇ ਪਰ ਉਹੀ ਜੇ ਤੁਹਾਡੇ ਪੈਸੇ ਲੱਗੇ ਹੋਣਗੇ ਹੁਣ ਜੇ ਮੈਂ 30 ਦਿਨਾਂ ਦਾ ਵਰਕਆਊਟ ਫ੍ਰੀ ਦੇ ਦਾਂ ਠੀਕ ਆ
ਨਹੀਂ ਕਰਨਾ ਹੈਗਾ 90% ਲੋਕਾਂ ਨੇ ਨਹੀਂ ਕਰਨਾ ਬਟ ਜੇ ਤੁਹਾਨੂੰ ਹੋਊਗਾ ਨਾ ਵੀ ਯਾਰ ਪੈਸੇ ਲੱਗੇ ਹੋਏ ਨੇ ਵੀ ਕਰ ਲਈਏ ਠੀਕ ਆ ਤਾਂ ਪੈਸੇ ਇੱਕ ਮੋਟੀਵੇਟਿੰਗ ਫੈਕਟਰ ਹੋ ਜਾਂਦਾ ਵਰਕਆਊਟ ਕਰਨ 'ਚ ਠੀਕ ਆ ਦੂਜੀ ਗੱਲ ਮੈਂ ਕਮਾਈ ਕਰਨੀ ਆ ਠੀਕ ਆ ਕੋਈ ਸੋਰਸ ਤਾਂ ਮੈਨੂੰ ਬਣਾਉਣਾ ਪੈਣਾ ਕਮਾਈ ਕਰਨ ਦਾ ਅਤੇ ਇਹ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਇਹ 'ਚ ਕੋਈ ਗਲਤ ਗੱਲ ਨਹੀਂ ਹੈਗੀ ਜੇ ਮੇਰੇ ਕੋਲ ਕੋਈ ਨੌਲੇਜ ਆ ਮੈਂ ਸਹੀ ਪ੍ਰਾਈਸ 'ਚ ਤੁਹਾਨੂੰ ਉਹ ਨੌਲੇਜ ਦੇ ਰਿਹਾ ਠੀਕ ਆ ਨਾ ਤਾਂ ਮੈਂ ਚਾਰਜ ਕਰਨਾ ਬੁਰੀ ਗੱਲ ਨਹੀਂ ਹੈਗੀ ਤਾਂ ਤੁਹਾਨੂੰ ਵੀ ਇਹ ਚੀਜ਼ ਸਿੱਖਣੀ ਚਾਹੀਦੀ ਆ ਵੀ ਕਮਾਈ ਦੇ ਸਾਧਨ ਬਣਾਓ ਆਪ ਸਾਧਨ ਬਣਾਓ ਹੁਣ ਮੈਂ ਜਾ ਕੇ ਕੋਈ ਬ੍ਰੈਂਡ ਡੀਲ ਕਰਦਾ ਕਿਸੇ ਲੋਕਾਂ ਨੂੰ ਗਲਤ ਪਾਸੇ ਪਾਉਂਦਾ ਕੋਈ ਮਤਲਬ ਵੀ ਔਨਲਾਈਨ ਗੇਮਿੰਗ ਦੀ ਜੂਏ ਦੀ ਐਪ ਦੀ ਹੋਰ ਦੀ ਪ੍ਰਮੋਸ਼ਨ ਕਰਦਾ ਜਿਹੜੀ ਬਹੁਤ ਗੰਦੀ ਚੀਜ਼ ਆ ਜਿਹੜੇ ਕਰਦੇ ਨੇ ਮੈਨੂੰ ਬਹੁਤ ਗੁੱਸਾ ਚੜ੍ਹਦਾ ਉਹਨਾਂ ਲੋਕਾਂ ਤੋਂ ਠੀਕ ਆ ਸਿਰਫ ਪੈਸੇ ਕਰਕੇ ਤੁਸੀਂ ਲੋਕਾਂ ਨੂੰ ਇਹ ਚੀਜ਼ਾਂ ਦੀ ਆਦਤ ਪਾ ਰਹੇ ਹੋ ਕਿੰਨਾ ਕੁ ਥੱਲੇ ਗਿਰ ਸਕਦੇ ਹੋ ਪੈਸੇ ਵਾਸਤੇ ਠੀਕ ਆ ਤਾਂ ਮੈਨੂੰ ਪੈਸੇ ਦੀ ਭੁੱਖ ਨਹੀਂ ਹੈਗੀ ਇੰਨਾ ਲਾਲਚ ਨਹੀਂ ਹੈਗਾ ਮੈਨੂੰ ਬਹੁਤ ਘੱਟ ਪੈਸੇ ਬਣਦੇ ਨੇ ਜਿਸ ਹਿਸਾਬ ਨਾਲ ਫੋਲੋਅਰਸ ਨੇ ਆਪਣੇ ਠੀਕ ਆ 1,42,000 ਫੋਲੋਅਰ ਇੰਸਟਾਗ੍ਰਾਮ 'ਤੇ ਬਹੁਤ ਹੁੰਦਾ ਤਾਂ ਉਹਦੇ ਹਿਸਾਬ ਨਾਲ ਮੈਂ ਨਹੀਂ ਇੰਨੀ ਕਮਾਈ ਕਰ ਰਿਹਾ ਹੈਗਾ ਕਿਉਂਕਿ ਮੈਨੂੰ ਪਤਾ ਵੀ ਜੇ ਕਰਨੀ ਆ ਤਾਂ ਚੱਜ ਦੀ ਚੀਜ਼ ਨਾ ਕਰਨੀ ਆ ਨਹੀਂ ਤਾਂ ਨਹੀਂ ਕਰਨੀ ਹੈਗੀ ਠੀਕ ਆ ਅਤੇ ਬ੍ਰੈਂਡਸ ਦੇ ਸਹਾਰੇ ਨਹੀਂ ਰਹਿਣਾ ਹੈਗਾ ਤਾਂ ਕਿਸੇ ਨੂੰ ਵਰਕਆਊਟ ਸਟਾਰਟ ਕਰਵਾ ਕੇ ਕਿਸੇ ਬੰਦੇ ਦਾ ਵੇਟ ਜ਼ਿਆਦਾ ਮਤਲਬ ਵੀ ਫੈਟ ਮਤਲਬ ਉਹ ਲੂਜ਼ ਕਰਨਾ ਚਾਹੁੰਦਾ ਵੇਟ ਲੂਜ਼ ਕਰਨਾ ਚਾਹੁੰਦਾ ਉਹਦਾ ਸਫ਼ਰ ਸਟਾਰਟ ਕਰਵਾ ਕੇ ਜੇ ਪੈਸੇ ਕਮਾ ਰਿਹਾ ਇਟਸ ਅ ਗੁੱਡ ਥਿੰਗ ਠੀਕ ਆ ਉਹਦੇ ਬਦਲੇ ਜੇ ਚਾਰਜ ਕਰਨਾ 99 ਰੁਪਏ ਕੁਛ ਨਹੀਂ ਹੁੰਦੇ ਹੈਗੇ ਠੀਕ ਆ ਤਾਂ ਜੇ ਤੁਸੀਂ ਬਾਏ ਕਰਨਾ ਤੁਸੀਂ ਉੱਥੇ ਜਾ ਕੇ ਬਾਏ ਕਰ ਸਕਦੇ ਹੋ ਅਤੇ ਕਈ ਵਾਰ ਨਾ ਕੀ ਹੁੰਦਾ ਬਾਏ ਕਰਦੇ ਹੋਏ ਨਾ ਜਾਂ ਥੋੜੀ ਪੇਮੈਂਟ ਹੋ ਜਾਂਦੀ ਹੈ ਨਾ ਪੇਮੈਂਟ ਤੋਂ ਬਾਅਦ ਫਿਰ ਦੁਬਾਰਾ ਤੋਂ ਉੱਥੇ ਮਤਲਬ ਵਾਪਸ ਜਾਂਦੇ ਹੋ ਤੁਸੀਂ ਬੁੱਕ ਦੇ ਥੱਲੇ ਆਪਸ਼ਨਾਂ ਦਾ ਵਿਊ ਐਂਡ ਡਾਊਨਲੋਡ ਦਾ ਅਤੇ ਕਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਅਤੇ ਕਈ ਲੋਕਾਂ ਤੋਂ ਨਹੀਂ ਹੁੰਦਾ ਹੈਗਾ ਵੀ ਡਾਊਨਲੋਡ ਨਹੀਂ ਹੋ ਰਹੀ ਹੈਗੀ ਤਾਂ ਧਿਆਨ ਰੱਖਿਓ ਪੇਮੈਂਟ ਹੋਣ ਤੋਂ ਬਾਅਦ ਥੋੜ੍ਹਾ ਜਿਹਾ ਵੇਟ ਕਰਿਓ ਵੇਟ ਕਰਨ ਤੋਂ ਬਾਅਦ ਤੁਹਾਨੂੰ ਉਹ ਰੀਡਾਇਰੈਕਟ ਕਰਨਗੇ ਬੁੱਕ ਵਾਲੀ ਸਾਈਟ 'ਤੇ ਠੀਕ ਆ ਨੀਚੇ ਆਪਸ਼ਨ ਆਊਗਾ ਵਿਊ ਐਂਡ ਡਾਊਨਲੋਡ ਦਾ ਉੱਥੇ ਕਲਿੱਕ ਕਰਿਓ ਡਾਊਨਲੋਡ ਕਰਿਓ ਹੋ ਜੂਗੀ ਡਾਊਨਲੋਡ ਠੀਕ ਆ ਤਾਂ ਜੋ 2-4 ਬੰਦਿਆਂ ਨੇ ਜਿਨ੍ਹਾਂ ਨੂੰ ਮਤਲਬ ਪ੍ਰੋਬਲਮ ਆ ਰਹੀ ਸੀਗੀ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਪ੍ਰੋਬਲਮ ਆ ਰਹੀ ਅਤੇ ਮੈਂ ਉਹਨਾਂ ਨੂੰ ਮੇਲ ਸੈਂਡ ਕਰਤਾ ਠੀਕ ਆ ਕਿਉਂਕਿ ਮੈਨੂੰ ਆਏ ਨਾ ਹੋਵੇ ਵੀ ਯਾਰ ਕੋਈ ਕਹੇ ਵੀ ਯਾਰ ਧੋਖਾ ਕਰ ਰਿਹਾ ਕਿਉਂਕਿ ਬੁੱਕ ਤਾਂ ਡਾਊਨਲੋਡ ਹੁੰਦੀ ਹੈ ਸਭ ਕੁਝ ਹੁੰਦਾ ਵਧੀਆ ਤਰੀਕੇ ਨਾਲ ਪਰ ਕਈ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਵੇਟ ਕਰਨੀ ਹੁੰਦੀ ਹੈ ਪੇਮੈਂਟ ਕਰਦੇ ਸਰ ਬੰਦ ਕਰ ਦਿੰਦੇ ਨੇ ਉਹਨੂੰ ਵੀ ਆਪੀ ਬੁੱਕ ਆ ਜੂਗੀ ਐਂ ਨਹੀਂ ਹੁੰਦਾ ਹੈਗਾ ਵੇਟ ਕਰਨੀ ਪੈਂਦੀ ਆ ਉਹ ਤੋਂ ਬਾਅਦ ਬੁੱਕ ਆਉਂਦੀ ਆ ਤਾਂ ਮੈਂ ਐਂ ਕਮਾ ਰਿਹਾ ਠੀਕ ਆ ਈ ਬੁੱਕਸ ਲਿਖ ਰਿਹਾ ਹੁਣ ਮੈਂ ਇੱਕ ਈ ਬੁੱਕ ਲਿਖੀ ਆ ਵਰਕਆਊਟ ਵਾਲੀ ਠੀਕ ਆ ਬਿਗਨਰਸ ਵਾਸਤੇ ਜਿਨ੍ਹਾਂ ਨੇ ਕਦੇ ਕੁਛ ਨਹੀਂ ਕੀਤਾ ਹੈਗਾ ਹੌਲੀ ਹੌਲੀ ਮੈਂ ਲਿਖੂੰਗਾ ਜਿਨ੍ਹਾਂ ਨੇ ਜਿੰਮ 'ਚ ਜਾਣਾ ਹੋਰ ਕਰਨਾ ਡਾਇਟ ਕੀ ਹੋਣੀ ਚਾਹੀਦੀ ਹੈ ਯੇ ਉਹ ਬੁੱਕਸ ਲਿਖੂੰਗਾ ਫਿਰ ਆਪਣੀ ਜਿਹੜੀ ਡੇਅਰੀ ਫਾਰਮਿੰਗ ਦੀ ਨੌਲੇਜ ਆ ਇਹ ਬੁੱਕਸ ਲਿਖੂੰਗਾ ਵੀ ਮੇਰਾ ਕਿਵੇਂ ਸਫ਼ਰ ਰਿਹਾ ਮੈਂ ਕੀ ਕੁਛ ਸਿੱਖਿਆ ਜੋ ਵੀ ਮੈਂ ਸਿੱਖਿਆ ਸਾਰੀ ਨੌਲੇਜ ਇੱਕ ਬੁੱਕ 'ਚ ਦੇ ਕੇ ਉਹ ਸੈੱਲ ਕਰਾਂਗੇ ਉਹ ਤੋਂ ਬਾਅਦ ਹੋਰ ਬੁੱਕਸ ਲਿਖਾਂਗੇ ਤਾਂ ਮੈਂ ਹੁਣ ਈ ਬੁੱਕਸ ਦੇ ਥਰੂ ਕਮਾਊਂਗਾ ਆਪਣੇ ਇੰਸਟਾਗ੍ਰਾਮ ਤੋਂ ਠੀਕ ਹੈ ਅਤੇ ਇਹ ਆਈਡੀਆ ਮੈਨੂੰ ਕਿੱਥੋਂ ਆਇਆ ਸੀਗਾ ਇਹ ਆਈਡੀਆ ਮੈਨੂੰ ਆਇਆ ਸੀਗਾ ਮੈਂ ਇੱਕ ਪੋਡਕਾਸਟ ਕਿਸੇ ਦਾ ਇੰਟਰਵਿਊ ਦੇਖ ਰਿਹਾ ਸੀਗਾ ਕੋਈ ਬੰਦਾ ਨਾ ਇੰਸਟਾਗ੍ਰਾਮ 'ਤੇ ਕਿਸੇ ਦਾ ਪੇਜ ਆ ਠੀਕ ਆ ਫੇਸ ਵੀ ਨਹੀਂ ਦਿਖਾਉਂਦੇ ਹੈਗੇ ਥੀਮ ਪੇਜ ਆ ਠੀਕ ਆ ਉਹ ਕੀ ਕਰਦੇ ਨੇ ਆਪ ਈ ਬੁੱਕਸ ਵੀ ਨਹੀਂ ਲਿਖਦੇ ਹੈਗੇ ਕਿਸੇ ਦੀ ਚੋਰੀ ਕਰਕੇ ਮਤਲਬ ਵੀ ਪਾ ਦਿੰਦੇ ਨੇ ਅਤੇ ਲੋਕ ਖਰੀਦਦੇ ਨੇ ਅਤੇ ਉਹ ਪੈਸੇ ਕਮਾ ਰਹੇ ਨੇ ਮਤਲਬ ਬਹੁਤ ਪੈਸੇ ਕਮਾ ਰਹੇ ਨੇ ਨਜਾਇਜ਼ ਠੀਕ ਆ ਤਾਂ ਮੈਨੂੰ ਸੀਗਾ ਯਾਰ ਵੀ ਮੈਂ ਚੋਰੀ ਨਹੀਂ ਕਰਨੀ ਹੈਗੀ ਕਿਸੇ ਦੀ ਯਾਰ ਜੇ ਤਾਂ ਮੇਰੇ 'ਚ ਨੌਲੇਜ ਹੈਗੀ ਮੈਂ ਲਿਖ ਲੂੰਗਾ ਨਹੀਂ ਨੌਲੇਜ ਹੈਗੀ ਫਿਰ ਰਹਿਣ ਦਿਓ ਇਹੋ ਜਿਹੀ ਕਮਾਈ ਨੂੰ ਕੁਛ ਨਹੀਂ ਕਰਨਾ ਹੈਗਾ ਜਾਂ ਨਹੀਂ ਚੱਟਣਾ ਹੈਗਾ ਚੋਰੀ ਕਰਕੇ ਨਹੀਂ ਕਰਨਾ ਹੈਗਾ ਤਾਂ ਮੈਨੂੰ ਉੱਥੋਂ ਆਈਡੀਆ ਆਇਆ ਵੀ ਓਕੇ ਈ ਬੁੱਕਸ ਨਾਲ ਵੀ ਆਪਾਂ ਕਮਾ ਸਕਦੇ ਹਾਂ ਜੇ ਫੋਲੋਅਰ ਹੈਗੇ ਨੇ ਤੁਹਾਡੇ ਕੋਲ ਕੋਈ ਨੌਲੇਜ ਹੈਗੀ ਹੈ ਅਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਲੋਕ ਤਿਆਰ ਨੇ ਪੈਸੇ ਦੇਣ ਨੂੰ ਠੀਕ ਆ ਤਾਂ ਮੈਂ ਨਾ ਗਾਣੇ ਬਹੁਤ ਘੱਟ ਸੁਣਦਾ ਲਾਈਕ ਗਾਣੇ ਸੁਣਦਾ ਮਤਲਬ ਵੀ ਇਹ ਵੀ ਨਹੀਂ ਹੈਗਾ ਵੀ ਮੈਂ ਕੋਈ ਡਿਫਰੈਂਟ ਜੰਮਿਆ ਕੁਛ ਹੋਰ ਆ ਬਟ ਮੈਂ ਗਾਣੇ ਉਦੋਂ ਸੁਣਦਾ ਜਾਂ ਮੈਂ ਸਿਰਫ ਮਤਲਬ ਵੀ ਜਿਵੇਂ ਗੱਡੀ 'ਚ ਜਾ ਰਿਹਾ ਜਾਂ ਹੋਰ ਕਿਤੇ ਜਾ ਰਿਹਾ ਜਾਂ ਕੋਈ ਨਾਲ ਬੈਠਾ ਮੇਰੇ ਠੀਕ ਆ ਵੀ ਇਕੱਲਾ ਮੈਂ ਪੋਡਕਾਸਟ ਸੁਣੂੰਗਾ ਇਕੱਲਾ ਮੇਰਾ ਇੰਟਰਸਟ ਆ ਉਹਦਾ ਇੰਟਰਸਟ ਨਹੀਂ ਹੈਗਾ ਤਾਂ ਉਹ ਚੀਜ਼ ਗਲਤ ਹੋ ਜਾਂਦੀ ਹੈ ਤਾਂ ਉਦੋਂ ਮੈਂ ਗਾਣੇ ਸੁਣਦਾ ਠੀਕ ਆ ਜਾਂ ਕਦੇ ਮੂਡ ਹੁੰਦਾ ਅਤੇ ਜ਼ਿਆਦਾਤਰ ਮੈਂ ਵਰਕਆਊਟ ਕਰਦੇ ਹੋਏ ਨਾ ਮੇਰੇ ਕੋਲ ਜਦ ਘੰਟਾ ਡੇਢ ਘੰਟਾ ਵਿਹਲਾ ਹੁੰਦਾ ਮੈਂ ਵਰਕਆਊਟ ਕਰਦਾ ਤਾਂ ਉਦੋਂ ਮੈਂ ਗਾਣੇ ਨਹੀਂ ਸੁਣਦਾ ਹੈਗਾ ਉਦੋਂ ਮੈਂ ਯੂਟਿਊਬ 'ਤੇ ਪੋਡਕਾਸਟ ਸੁਣਦਾ ਇੰਟਰਵਿਊ ਸੁਣਦਾ ਲੋਕਾਂ ਨੇ ਠੀਕ ਆ ਜਿਹੜੇ ਕ੍ਰੀਏਟਰਸ ਨੇ ਜਿਹੜੇ ਹੋਰ ਨੇ ਮਤਲਬ ਵੀ ਜਿਨ੍ਹਾਂ ਨੇ ਉਹ ਚੀਜ਼ਾਂ ਕਰ ਰਹੇ ਨੇ ਜਿਹੜੇ ਮੈਂ ਕਰਨਾ ਚਾਹੁੰਦਾ ਠੀਕ ਆ ਔਨਲਾਈਨ ਪੈਸੇ ਕਮਾ ਰਹੇ ਨੇ ਇੰਸਟਾਗ੍ਰਾਮ ਤੋਂ ਪੈਸੇ ਕਮਾ ਰਹੇ ਨੇ ਬਿਜ਼ਨਸ ਬਣਾ ਰਹੇ ਨੇ ਬਹੁਤ ਬੜਾ ਬਿਜ਼ਨਸ ਬਣਾ ਰਹੇ ਨੇ ਬੜੇ ਬੜੇ ਬਿਜ਼ਨਸਿਸ ਨੂੰ ਕਿਵੇਂ ਟੱਕਰ ਦੇ ਰਹੇ ਨੇ ਜਿਹੜੇ ਉਹ ਚੀਜ਼ਾਂ ਸਾਰੀਆਂ ਕਰ ਰਹੇ ਨੇ ਜੋ ਆਪਾਂ ਕਰਨਾ ਚਾਹੁੰਦੇ ਹਾਂ ਤਾਂ ਉਹਨਾਂ ਦੇ ਇੰਟਰਵਿਊ ਸੁਣਦਾ ਮੈਂ ਠੀਕ ਆ ਤਾਂ ਇਹ ਈ ਬੁੱਕ ਵਾਲਾ ਆਈਡੀਆ ਵੀ ਕਿਹੋ ਜਿਹੇ ਇੰਟਰਵਿਊ ਤੋਂ ਆਇਆ ਸੀਗਾ ਮੈਨੂੰ ਠੀਕ ਆ ਤਾਂ ਆਏ ਆ ਵੀ ਜੇ ਤੁਸੀਂ ਜ਼ਿੰਦਗੀ 'ਚ ਕੁਛ ਸਿੱਖਣਾ ਨਾ ਕੁਛ ਕਰਨਾ ਤਾਂ ਦੋ ਚੀਜ਼ਾਂ ਕਰੋ ਓਬਜ਼ਰਵ ਅਤੇ ਕੁਐਸਚਨ ਠੀਕ ਹੈ ਨਾ ਓਬਜ਼ਰਵ ਮਤਲਬ ਵੀ ਉਹ ਲੋਕਾਂ 'ਤੇ ਧਿਆਨ ਦਿਉ ਜਿਹੜੇ ਉਹ ਚੀਜ਼ਾਂ ਕਰ ਰਹੇ ਨੇ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਵੀ ਉਹ ਕਿਵੇਂ ਕਰ ਰਹੇ ਨੇ ਕੁਐਸਚਨ
ਕੁਐਸਚਨ ਉਹ ਬੰਦੇ ਨੂੰ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਉਹ ਤੁਹਾਡਾ ਰਿਪਲਾਈ ਨਹੀਂ ਕਰੂਗਾ, ਠੀਕ ਹੈ ਨਾ, ਨਹੀਂ ਉਹਦੇ ਤੱਕ ਪਹੁੰਚ ਸਕਦੇ। ਕੁਐਸਚਨ ਕਰੋ ਗੂਗਲ ਨੂੰ ਵੀ ਉਹ ਬੰਦਾ ਐਂ ਕਰ ਰਿਹਾ ਕਿਵੇਂ ਕਰ ਰਿਹਾ, ਈ ਬੁੱਕਸ ਜੇ ਵੇਚਣੀਆਂ ਕਿਵੇਂ ਵੇਚਦੇ ਹੁੰਦੇ ਆ, ਕਿੱਥੇ ਵੇਚਦੇ ਹੁੰਦੇ ਆ, ਕਿੱਥੇ ਨਹੀਂ ਵੇਚਦੇ ਹੁੰਦੇ ਹੈਗੇ, ਯੇ ਵੋ, ਉਹ ਚੀਜ਼ਾਂ ਕਰੋ, ਠੀਕ ਆ। ਤਾਂ ਕੁਛ ਵੀ ਸਿੱਖਣਾ ਓਬਜ਼ਰਵ ਅਤੇ ਕੁਐਸਚਨ ਦੋ ਚੀਜ਼ਾਂ ਕਰੋ ਅਤੇ ਉਹ ਤੋਂ ਬਾਅਦ ਮਤਲਬ ਵੀ ਠੀਕ ਹੋ ਜੂਗਾ, ਘੈਂਟ ਹੋ ਜੂਗਾ। ਤਾਂ ਇਹ ਆਪਣੀ ਅੱਜ ਦੀ ਵੀਡੀਓ ਸੀਗੀ, ਵਧੀਆ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਜੇ ਤੁਸੀਂ ਚੈਨਲ 'ਤੇ ਨਵੇਂ ਆਏ ਹੋ, ਪਹਿਲੀ ਵਾਰ ਆਏ ਹੋ, ਤਾਂ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮੱਚ ਵੀਡੀਓ ਦੇਖਣ ਵਾਸਤੇ, ਥੈਂਕ ਯੂ ਜੀ।